ਗਲੋਬਲ ਪੰਜਾਬ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਚਮਕੌਰ ਸਿੰਘ ਲੋਪੋ। ਤੁਹਾਨੂੰ ਪਤਾ ਹੈ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਜਿੱਥੇ ਕਿਸਾਨ ਤਕਰੀਬਨ ਇੱਕ ਮਹੀਨੇ ਤੋਂ ਸੜਕਾਂ 'ਤੇ ਬੈਠੇ ਨੇ। ਉੱਥੇ ਵੱਡੀਆਂ ਸਭਾਵਾਂ ਨਿਭਾਈਆਂ ਜਾ ਰਹੀਆਂ ਨੇ। ਸੰਤ ਬਾਬਾ ਮਾਨ ਸਿੰਘ ਜੀ, ਪਹਿਵੇ ਵਾਲੇ ਮਹਾਂਪੁਰਖ ਬਾਬਾ ਮੋਹਨ ਸਿੰਘ ਜੀ, ਜਿਨ੍ਹਾਂ ਦੇ ਲੰਗਰਾਂ ਬਾਰੇ ਮਿਸਾਲ ਦਿੱਤੀ ਜਾਂਦੀ ਹੈ, ਚਾਹੇ 300 ਸਾਲੇ 'ਤੇ ਸੀ, ਹਰ ਇੱਕ ਜੋੜ ਮੇਲੇ 'ਤੇ ਮਹਾਂਪੁਰਖ ਲੰਗਰ ਲਾਉਂਦੇ ਨੇ, ਵੱਡੇ ਸਮਾਜ ਸੇਵੀ ਕਾਰਜ ਚੱਲਦੇ ਨੇ। ਉੱਥੇ ਕਿਸਾਨ ਅੰਦੋਲਨ, ਜਦੋਂ ਹੀ ਕਿਸਾਨ ਆ ਕੇ ਸੜਕਾਂ 'ਤੇ ਬੈਠੇ, ਆਪ ਹੱਥੀਂ ਰੋਟੀਆਂ ਪਕਾਉਣ ਲੱਗੇ ਤਾਂ ਮਹਾਂਪੁਰਖਾਂ ਨੇ ਇੱਥੇ ਲੰਗਰ ਲਾਇਆ। ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਬਾਬਾ ਜੀ, ਸਵਾਗਤ ਹੈ ਤੁਹਾਡਾ। ਜਿਹੜੇ ਲੰਗਰ ਚੱਲ ਰਹੇ ਨੇ ਜੀ ਆਪਣੇ, ਇਹਨਾਂ ਦੇ ਵਿੱਚ ਕੀ ਬਣਾਇਆ ਹੋਇਆ, ਕਿੰਨੇ ਕੁ ਦਿਨਾਂ ਤੋਂ ਚੱਲ ਰਹੇ ਨੇ ਬਾਬਾ ਜੀ? ਆਪਣੇ ਇਹ ਸੰਸਥਾ ਜੀ ਪੇਵੇ ਤੋਂ ਆ, ਸਤਵਾ ਮਾਨ ਸਿੰਘ ਤੋਂ, ਅਸੀਂ ਬਲਕਿ ਪਹਿਲੀ ਦੇਰੀ ਤੋਂ ਆਏ ਹਾਂ ਕਿਸਾਨਾਂ ਦੇ ਅੰਦੋਲਨ ਕਰਕੇ। ਇੱਥੇ ਉਹਨਾਂ ਵਾਸਤੇ ਬ੍ਰੈਡ ਪਕੌੜੇ, ਚਾਹ ਅਤੇ ਮਹਿੰਗੀ ਵਗੈਰਾ ਦਾ ਲੰਗਰ ਚੱਲ ਰਿਹਾ। ਲੰਗਰ 24 ਘੰਟੇ ਚਾਹ ਚੱਲਦੀ ਹੈ, ਉਹ ਸਵੇਰੇ 5 ਵਜੇ ਤੋਂ ਲੱਗ ਕੇ ਰਾਤ ਦੇ 10 ਵਜੇ ਤੱਕ ਅਸੀਂ ਬ੍ਰੈਡ ਲਗਾਤਾਰ ਚੱਲ ਰਹੀ ਹੈ, ਹੁਣ ਵੀ ਚੱਲ ਰਹੇ ਨੇ। ਜਦ ਤੱਕ ਅੰਦੋਲਨ ਰਹੇਗਾ, ਅਸੀਂ ਇੱਥੇ ਇਹ ਲੰਗਰ ਚੱਲਦਾ ਰਹੇਗਾ। ਕਿਸਾਨ ਹੀ ਹੈ, ਕਿਸਾਨ ਅਗਰ ਨਹੀਂ ਬੀਜੇਗਾ ਕਣਕ ਤਾਂ ਕਿਸੇ ਦੇ ਪੇਟ ਵਿੱਚ ਕੁਛ ਨਹੀਂ ਜਾਏਗਾ। ਇੱਕ ਅਨਾਜ ਹੀ ਹੈ, ਇੱਕ ਕਿਸਾਨ ਹੀ ਹੈ ਜਿਹੜਾ ਕਿ ਸਾਰੇ ਸੰਸਾਰ ਦਾ ਪੇਟ ਭਰਦਾ ਹੈ। ਸੋ ਦਰਸ਼ਕੋ, ਇਹ ਸਨ ਬਾਬਾ ਮੋਹਨ ਸਿੰਘ ਜੀ, ਜਿਨ੍ਹਾਂ ਨਾਲ ਆਪਾਂ ਪਹਿਲਾਂ ਗੱਲਬਾਤ ਕੀਤੀ ਆ, ਜਿਨ੍ਹਾਂ ਨੇ ਦੱਸਿਆ ਕਿ ਅੰਨਦਾਤਾ ਹੈ, ਜਿਹੜਾ ਕਣਕ ਪੈਦਾ ਕਰਦਾ ਹੈ, ਆਪਾਂ ਅੱਗੇ ਸਾਰਾ ਦੇਸ਼ ਆ ਜਿਹੜਾ ਅਨਾਜ ਖਾਂਦਾ, ਉਹੀ ਅੱਜ ਸੜਕਾਂ 'ਤੇ ਰੁਲਦਾ। ਸੋ ਉਹਨਾਂ ਨੇ ਕਿਹਾ ਜਦੋਂ ਤੱਕ ਸੰਘਰਸ਼ ਚੱਲੂਗਾ ਲੰਗਰ ਜਾਰੀ ਰਹਿਣਗੇ। ਸੇਵਾ ਦਾ ਆਰਾ, ਕਿਉਂਕਿ ਅੰਦੋਲਨ ਦੇ ਵਿੱਚ ਬਹੁਤ ਵੱਡਾ ਲੰਗਰ ਚੱਲ ਰਿਹਾ, ਮੈਗੀ ਦੇ, ਬ੍ਰੈਡਾਂ ਦੇ, ਦੁੱਧ 'ਚ ਪੱਤੀ ਪਾ ਕੇ ਪੂਰੀ ਵਧੀਆ ਚਾਹ, ਕਿਉਂਕਿ ਰਾਤ ਠੱਕਾ ਵਗਦਾ ਸੀ ਦੋਸਤੋ, ਕੜੀਆਂ ਪੈਂਦੀਆਂ ਸੀ, ਬਹੁਤ ਔਖਾ ਸੀ। ਦੇਖਿਆ ਜਾਵੇ ਜੀ, ਮਹਾਂਪੁਰਖਾਂ ਵੱਲੋਂ ਹਸਪਤਾਲ ਵੀ ਇਹਨਾਂ ਦੇ ਚੱਲਦੇ ਆ। ਸਾਡੇ ਵੀ ਏਰੀਏ 'ਚ ਬਹੁਤ ਵੱਡਾ ਹਸਪਤਾਲ ਬਣਾਏ, ਬੱਧਣੀ ਕਲਾ ਜਿੱਥੋਂ ਦਾ ਬਾਬਿਆਂ ਦਾ ਜਨਮ ਸਥਾਨ ਆ, ਬਾਬਾ ਮੋਹਨ ਸਿੰਘ ਜੀ ਦਾ, ਹੋਰ ਵੀ ਬਹੁਤ ਸੇਵਾਵਾਂ ਚੱਲਦੀਆਂ। ਕੀ ਕਹਿਣਾ ਚਾਹੁੰਦੇ ਹੋ? ਮਹਾਂਪੁਰਖਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ, ਗੁਰਬਾਣੀ ਨਾਲ ਜੋੜਦੇ ਨੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਹਰੇਕ ਚੀਜ਼ ਦਾ ਇੱਕ ਸਮਾਂ ਹੁੰਦਾ ਹੈ। ਬਾਬਾ ਜੀ ਦੀ ਇਹ ਮਿਹਨਤ ਹੈ, ਉਹਨਾਂ ਦੀ ਭਗਤੀ ਹੈ, ਜੋ ਹੁਣ ਪ੍ਰਗਟ ਹੋਣ ਦਾ ਸਮਾਂ ਆਇਆ ਹੈ, ਇਹ ਪ੍ਰਗਟ ਹੋ ਰਹੀ ਹੈ। ਕਈ ਵਿਰੋਧੀ ਸ਼ੁਰੂ ਤੋਂ ਕਹਿੰਦੇ ਆਉਂਦੇ ਹੈ ਜੀ ਕਿ ਦੇਖੋ ਬਾਬਿਆਂ ਡੇਰਿਆਂ 'ਤੇ ਹੈ ਜੀ ਲੰਗਰ ਇਕੱਠਾ ਕਰਦੇ, ਪੂਰੀ ਲੈ ਕੇ ਜਾਂਦੇ ਨਾ, ਇਹ ਹੁਣ ਸਮਾਂ ਆਇਆ ਬਾਬਾ ਜੀ ਦੀ ਪ੍ਰਗਟ ਹੋ ਗਈ ਹੈ। ਹੁਣ ਜਿਹੜੇ ਲੋਕਾਂ ਬੋਲ ਉਹਨਾਂ ਨੂੰ ਦੇਖ ਲੈਣ, ਸਾਹਮਣੇ ਆ ਕੇ ਦੇਖ ਲੈਣ ਕਿ ਇੰਨੇ ਜੇ ਚੱਲ ਰਹੇ ਹੈ, ਇਹ ਸੰਗਠਨ ਯੋਗ ਨਾਲ ਚੱਲ ਰਹੇ ਹੈ ਨਾ। ਕਿਹਾ ਜਾਵੇ ਜਿਹੜੇ ਲੋਕ ਪਹਿਲਾਂ ਉਹ ਕਹਿੰਦੇ ਹੁੰਦੇ ਸੀ, ਆਪਾਂ ਵੀ ਜਦੋਂ ਤੁਸੀਂ ਵੀ ਜਾਂਦੇ ਹੋ, ਅਸੀਂ ਵੀ ਸਤਸੰਗੀ ਹੋ, ਆਪਾਂ ਨੂੰ ਕਹਿੰਦੇ ਹੁੰਦੇ ਸੀ ਵੀ ਤੁਸੀਂ ਇਹ ਤਾਂ ਵਿਹਲੜ ਆ ਜੀ, ਤੁਸੀਂ ਜਾਵੜੇ ਨੇ ਐਵੇਂ ਡੇਰਿਆਂ 'ਚ। ਅੱਜ ਉਹਨਾਂ ਦੇ ਮੂੰਹ 'ਤੇ ਚਪੇੜ ਨਹੀਂ ਵੱਜੀ ਵੀ ਆਹ ਦੇਖੋ ਤਾਂ ਲੰਗਰਾਂ ਦੇ ਵਿੱਚ ਡਟੇ ਹੋਏ ਆ, ਸੇਵਾਵਾਂ ਦੇ 'ਚ ਡਟੇ ਹੋਏ ਆ। ਉਹ ਲੋਕ ਜਿਹੜੇ ਉਦੋਂ ਕਮੈਂਟ ਕਰਦੇ ਹੁੰਦੇ ਭੱਦੇ, ਅੱਜ ਘਰਾਂ 'ਚ ਬੈਠੇ ਆ, ਕਿਵੇਂ ਲੱਗਦਾ ਤੁਹਾਨੂੰ? ਦੇਖੋ ਜੀ, ਹੁਣ ਇਹ ਭੱਠੀ ਚੱਲਦੀ ਹੈ, ਇਹਦੇ ਥੱਲੇ ਅੱਗ ਵਾਲੀ ਹੈ ਅਤੇ ਇਹ ਘਿਓ ਗਰਮ ਹੋ ਗਿਆ। ਅਗਰ ਅਸੀਂ ਅੱਗ ਨਾ ਵਾਲੀ ਤਾਂ ਘਿਓ ਕਿੱਦਾਂ ਗਰਮ ਹੋਣਾ, ਕਿੱਦਾਂ ਪਕੌੜੇ ਬਣਨਗੇ? ਅੱਗ ਬਣਨੀ ਵੀ ਜ਼ਰੂਰੀ ਹੈ ਨਾ, ਇਹ ਵਿਰੋਧੀ ਹੋਣੇ ਵੀ ਜ਼ਰੂਰੀ ਹੈ, ਤਾਂ ਹੀ ਤਾਂ ਸੱਚਾਈ ਪ੍ਰਗਟ ਹੋਏਗੀ। ਹਰ ਚੀਜ਼ ਦਾ ਦੋ ਪਹਿਲੂ ਹੈ, ਮਹਾਰਾਜ ਨੇ ਸਾਨੂੰ ਸਮਝਾਇਆ ਕਿ ਹਰੇਕ ਚੀਜ਼ ਦੇ ਦੋ ਪਹਿਲੂ ਹਨ, ਅਤੇ ਦੋ ਪਹਿਲੂ ਹੋਣਗੇ ਤਾਂ ਹੀ ਅੱਗੇ ਜ਼ਿੰਦਗੀ ਚੱਲੇਗੀ। ਸੱਚਾਈ, ਅੱਛਾਈ, ਬੁਰਾਈ, ਝੂਠ, ਸੱਚ, ਅੱਛਾ ਬੁਰਾ, ਸਭ ਕੁਝ ਨਾਲ ਦੋ ਚੀਜ਼ਾਂ ਚੱਲਦੀਆਂ ਹੈ। ਉਹ ਲੋਕਾਂ ਦਾ ਕੰਮ ਉਹਨੇ ਕਹਿ ਜਾਣਾ ਹੈ, ਇੱਧਰ ਸੱਚਾਈ ਪ੍ਰਗਟ ਹੋਈ ਜਾਣੀ ਹੈ, ਤਾਂ ਹੀ ਪ੍ਰਗਟ ਸੱਚਾਈ ਹੋ ਕੇ ਆਏਗੀ।